हाँ जी, सत श्रीकाल जी सारे। मेरा नाम गुरविंदर सिंह तूर, शॉर्ट नेम गुरी तूर। यूट्यूब दे चैनल दे उत्ते काफ़ी टाइम हो गया मैं थोड़ा एक्टिव नहीं सी। लॉकडाउन दे चलते कुछ वर्क इदा दे सी, कुछ सोशल वर्क इदा सी जिहदे ते थोड़ा जिहा मशरूफ सी, ते अंबैसियां भी बंद सी, इस करके मैं कुछ ज़्यादा गाइडलाइनस जां कुछ इदा दे चैक नहीं कर सकिया, क्योंकि गाइडलाइनस अंबैसियां कन्नी ही आउंदियां ने। उहनां नूं स्टडी करीदा ਅਤੇ ਫਿਰ ਉਹਦੇ 'ਚੋਂ ਕੁਛ ਨਿਚੋੜ ਕੱਢ ਕੇ ਤੁਹਾਡੇ ਨਾਲ ਗੱਲ ਸਾਂਝੀ ਕਰੀਦੀ ਆ ਵੀ ਇਹਦਾ ਇੱਦਾਂ ਹੋ ਸਕਦਾ, ਤੁਸੀਂ ਇੱਦਾਂ ਬਾਹਰ ਜਾ ਸਕਦੇ ਹੋ। ਮੈਂ ਵੀਡੀਓ ਬਣਾਈ ਸੀ ਪੁਰਤਕਾਲ ਦੇ ਬਾਰੇ ਦੇ ਵਿੱਚ, ਅਤੇ ਮੈਨੂੰ ਕਾਫੀ ਸਾਰੇ ਲੋਕਾਂ ਨੇ ਕਿਹਾ ਸੀਗਾ ਵੀ ਸਰ ਜਦੋਂ ਇਹ ਦੁਬਾਰੇ ਸਟਾਰਟ ਹੁੰਦੀ ਹੈ ਜਾਂ ਕਿੱਦਾਂ, ਤੁਸੀਂ ਸਾਰੀ ਇਸ ਚੀਜ਼ ਦੀ ਸਾਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇ ਦਿਓ। ਨਵੀਆਂ ਗਾਈਡਲਾਈਨਸ ਆ ਚੁੱਕੀਆਂ ਨੇ ਤਕਰੀਬਨ, ਕਾਫੀ ਈਜ਼ੀ ਕੀਤਾ ਵਾ, ਕਾਫੀ ਜਿਹੜੇ ਆਪਣੇ ਮੁੰਡੇ ਇੱਥੋਂ ਉੱਥੇ ਰਹਿ ਰਹੇ ਸੀਗੇ ਉਹਨਾਂ ਨੂੰ ਬੜੀ ਛੇਤੀ ਇਹਦਾ ਸਿਸਟਮ ਸਾਰਾ ਮਿਲ ਗਿਆ। ਜੇ ਤੁਸੀਂ ਯੂਰਪ ਦੇ ਵਿੱਚ ਸ਼ੈਨਿੰਗਨ ਕੰਟਰੀਆਂ ਦੀ ਗੱਲ ਕਰਦੇ ਹੋ ਤਾਂ ਸਭ ਤੋਂ ਈਜ਼ੀ ਜਿਹੜਾ ਇਸ ਟਾਈਮ ਸਰਵਾਈਵ ਕਰਨਾ ਅਤੇ ਪੱਕੇ ਹੋਣ ਦਾ ਜਿਹੜਾ ਤੁਹਾਡਾ ਸੁਪਨਾ ਪੂਰਾ ਹੋ ਸਕਦਾ ਯੂਰਪ ਦੇ ਵਿੱਚ, ਉਹ ਸਿਰਫ ਅਤੇ ਸਿਰਫ ਪੁਰਤਗਾਲ ਦੇ ਵਿੱਚ ਹੋ ਸਕਦਾ, ਸਿਰਫ 8 ਤੋਂ 10 ਮਹੀਨੇ ਦੇ ਟਾਈਮ ਦੇ ਵਿੱਚ। ਜਿਹੜਾ ਸਭ ਤੋਂ ਫਾਸਟ ਟਾਈਮ ਛੇਤੀ ਦਾ ਟਾਈਮ ਆ ਜਿਹੜੀਆਂ ਯੂਰਪੀਅਨ ਸ਼ੈਨਿੰਗਨ ਕੰਟਰੀਸ ਨੇ, TRC ਕਾਰਡ ਮਿਲ ਜਾਂਦਾ ਤੁਹਾਨੂੰ ਬੜਾ ਈਜ਼ੀ। ਹੁਣ ਇਹਦੇ 'ਚ ਆ ਜਾਂਦੀ ਹੈ ਕੰਡੀਸ਼ਨ ਵੀ ਕਿਹੜੇ ਕਿਹੜੀ ਜਿਹੜੀਆਂ ਮਤਲਬ ਕੰਡੀਸ਼ਨਸ ਨੇ ਜਿਨ੍ਹਾਂ ਦੇ ਉੱਤੇ ਜਾ ਕੇ ਤੁਹਾਨੂੰ ਮਿਲਦਾ। ਕਈ ਲੋਕ ਕਹਿੰਦੇ ਅਸੀਂ ਪੂਰੀ ਕਰ ਸਕਦੇ ਹਾਂ, ਨਹੀਂ ਕਰ ਸਕਦੇ, ਉਹ ਇਸ ਕਰਕੇ ਵੀਡੀਓ ਦੇਖਦੇ ਨੇ। ਦੇਖੋ ਕਈ ਲੋਕ ਕਹਿੰਦੇ ਕਿਉਂ ਪੱਕਾ ਕਰਦੇ ਨੇ, ਇੱਕ ਨਾ ਕਾਨੂੰਨ ਹੁੰਦੇ ਆ ਹਰ ਦੇਸ਼ ਦੇ, ਜ਼ਰੂਰੀ ਨਹੀਂ ਉਹ ਸ਼ੈਨਿੰਗਨ ਦੇ ਵਿੱਚ ਆ ਅਤੇ ਸਾਰੇ ਸ਼ੈਨਿੰਗਨ ਕੰਟਰੀਆਂ ਦੇ ਰੂਲਸ ਸੇਮ ਹੋਣਗੇ, ਸਾਰੀਆਂ ਦੇ ਅਲੱਗ ਅਲੱਗ ਨੇ। ਕੁਛ ਬਹੁਤ ਟਫ ਨੇ, ਕਈ ਬਹੁਤ ਸੌਫਟ ਨੇ, ਕਈਆਂ ਨੂੰ ਤੋੜਿਆ ਮਰੋੜਿਆ ਜਾ ਸਕਦਾ ਆਪਦੇ ਹਿਸਾਬ ਦੇ ਨਾਲ, ਮਤਲਬ ਥੋੜ੍ਹਾ ਮੋਡੀਫਾਈ ਕਰਕੇ ਤੁਸੀਂ ਉਹਦੇ ਵਿੱਚ ਆਪਦਾ ਬੈਨੀਫਿਟ ਕੱਢ ਸਕਦੇ ਹੋ। ਉਹਦੇ ਵਿੱਚ ਇੱਕ ਪੁਰਤਗਾਲ, ਮੈਂ ਤੁਹਾਨੂੰ ਦੱਸ ਦਵਾਂ ਜਿਹੜਾ ਪੁਰਤਗਾਲ ਆ ਇਹ ਇੰਡੀਅਨਸ ਜਿਹੜੇ ਇੰਡੀਅਨ ਲੋਕਸ ਨੇ ਉਹਨਾਂ ਨੇ ਵਸਾਇਆ ਹੋਇਆ, ਜਿਨ੍ਹਾਂ ਨੂੰ ਆਪਾਂ ਜਿਹੜੇ ਗੋਆ ਦੇ ਲੋਕ ਨੇ, ਇਹ ਗੋਆ ਇਹਦੇ 'ਚ ਇੱਕ ਬੜੀ ਵਧੀਆ ਹੁਣ ਮੈਂ ਗੱਲ ਦੱਸਦਾ। ਜੇ ਤੁਹਾਡੇ ਕੋਲ ਗੋਆ, ਜੇ ਤੁਹਾਡੇ ਦਾਦੇ ਪੜਦਾਦਿਆਂ ਦੇ ਕੋਲ ਗੋਆ ਦੀ ਰੈਜੀਡੈਂਸੀ ਆ, ਉੱਥੇ ਦੇ ਜੰਪਲ ਨੇ, ਤਾਂ ਤੁਹਾਨੂੰ ਪੁਰਤਗਾਲ ਦਾ ਜਿਹੜਾ ਵੀਜ਼ਾ ਵਾ ਉਹਨੂੰ ਉਹਦੀ ਜਿਹੜੀ ਸ਼ੋਰਟੀ ਆ 100% ਆ, ਅਤੇ ਉੱਥੇ ਜਾ ਕੇ ਤੁਹਾਨੂੰ ਵਿਦਾਊਟ ਕਿਸੇ ਰੀਜ਼ਨ ਉਹਦਾ ਪਾਸਪੋਰਟ ਸਿੰਪਲੀ ਮਿਲ ਸਕਦਾ ਵਾ। ਜੇ ਤੁਹਾਡੇ ਕੋਲ 1982 ਤੋਂ ਪਹਿਲਾਂ ਦੇ ਗੋਆ ਦੇ ਵਿੱਚ ਰਹਿਣ ਦੇ ਸਬੂਤ ਹੈਗੇ ਨੇ ਤਾਂ ਤੁਸੀਂ ਬੜੇ ਈਜ਼ੀਲੀ ਇੱਥੋਂ ਗੋਆ ਮੂਵ ਹੋ ਗੋਆ ਮਤਲਬ ਇੰਡੀਆ ਤੋਂ ਪੁਰਤਗਾਲ ਮੂਵ ਹੋ ਸਕਦੇ ਹੋ। ਤਾਂ ਤੁਹਾਨੂੰ ਅੰਬੈਸੀ ਦੇ ਵਿੱਚ ਵੀਜ਼ਾ ਲੈਣ ਦੀ ਵੀ ਲੋੜ ਨਹੀਂ ਪੈਂਦੀ, ਸਿਰਫ ਪੇਪਰ ਜਮ੍ਹਾਂ ਕਰਾਓ ਤਾਂ ਤੁਹਾਨੂੰ ਵੀਜ਼ਾ ਮਿਲ ਜਾਂਦਾ, ਉੱਥੇ ਜਾ ਕੇ ਤੁਸੀਂ ਆਪਦਾ ਪਾਸਪੋਰਟ ਚੇਂਜ ਕਰਾ ਸਕਦੇ ਹੋ, ਕਿਉਂਕਿ ਜਿਹੜੇ ਗੋਆ ਦੇ ਲੋਕ ਨੇ ਇਹਨਾਂ ਨੇ ਹੀ ਉੱਥੇ ਜਾ ਕੇ, ਜਿਹੜੇ ਪੁਰਚੀਜ਼ ਲੋਕ ਨੇ ਇਹੀ ਇੱਥੇ ਨੇ, ਇਹੀ ਇਹਨਾਂ ਦੇ ਵੰਸ਼ਜ ਨੇ ਜਿਨ੍ਹਾਂ ਨੇ ਪੁਰਤਗਾਲ ਜਾ ਕੇ ਵਸਾਇਆ ਵਾ। ਸੇਫ ਕੰਟਰੀਆਂ ਦੇ ਵਿੱਚੋਂ ਜਿਹੜੇ ਵਰਲਡ ਦੀਆਂ ਜਿਹੜੀਆਂ ਟੋਪ 10 ਸੇਫ ਕੰਟਰੀ, ਉਹਨਾਂ 'ਚੋਂ 3ਜੇ 4 ਨੰਬਰ 'ਤੇ ਉੱਤੇ ਸੇਫ ਕੰਟਰੀ। ਜੇ ਲੇਡੀਜ਼ ਜਾਣਾ ਚਾਹੁੰਦੀਆਂ ਨੇ, ਇਕੱਲੀਆਂ ਜਾਣਾ ਚਾਹੁੰਦੀਆਂ ਨੇ, ਜਿਨ੍ਹਾਂ ਦੀ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਆ ਵੀ ਸਰਵਾਈਵ ਨਹੀਂ ਕਰ ਸਕ ਰਹੇ, ਪ੍ਰੋਬਲਮ ਆ ਰਹੀ, ਉਹ ਉੱਥੇ ਜਾ ਸਕਦੀਆਂ ਨੇ, ਵਧੀਆ ਕੰਟਰੀ ਹੈ, ਈਜ਼ੀ ਮਿਲ ਜਾਂਦਾ। ਜਿਵੇਂ ਆਪਣੇ ਮੰਡੀਆਂ ਲੱਗਦੀਆਂ ਨੇ, ਇਵੇਂ ਹੀ ਉੱਥੇ ਮੰਡੀਆਂ ਵਾਂਗੂ ਲੋਕ ਫਿਰਦੇ ਨੇ, ਜਿਹੜੇ ਕਹਿੰਦੇ ਸਾਡੇ ਤੋਂ ਪੇਪਰ ਬਣਾ ਲਓ ਬਣਾ ਲਓ, ਇੱਦਾਂ ਮਤਲਬ ਸੀਨ ਆ ਉੱਥੇ। ਜਿਹੜਾ ਟੈਕਸੀ ਲਾਈਨ ਵਾਲਾ ਬੰਦਾ ਉਹ ਵੀ ਤੁਹਾਡਾ ਕੰਮ ਕਰਵਾ ਸਕਦਾ ਵਾ। ਐਕਟ 88 ਵੀ ਆ, ਕੁਛ ਬਿਜ਼ਨਸ ਦੇ ਐਕਟ ਨੇ ਵੀ, ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ ਉਹਦੇ 'ਚ, ਜੇ ਤੁਸੀਂ ਸਟੱਡੀ ਵੀਜ਼ੇ 'ਤੇ ਗਏ ਹੋਏ ਹੋ ਤਾਂ ਤੁਸੀਂ ਕਿਸੇ ਹੋਰ ਦੇਸ਼ 'ਚ ਵੀ ਯੂਰਪ ਦੇ 'ਚ ਗਏ ਹੋ ਸਟੱਡੀ ਵੀਜ਼ੇ 'ਤੇ, ਤੁਸੀਂ ਇਹਦੇ 'ਚ ਪੱਕਾ ਹੋ ਸਕਦੇ ਹੋ। ਟੂਰਿਸਟ ਗਏ ਹੋ ਤਾਂ ਵੀ ਪੱਕੇ ਹੋ ਸਕਦੇ ਹੋ, ਵਰਕ ਪਰਮਿਟ 'ਤੇ ਕਿਤੇ ਹੋਰ ਗਏ ਹੋ, ਤੁਸੀਂ ਪੁਰਤਗਾਲ ਦੇ ਵਿੱਚ ਆ ਕੇ ਆਪਦੀ ਫਾਈਲ ਲਾ ਕੇ ਪੱਕੇ ਹੋ ਸਕਦੇ ਹੋ। ਅਤੇ ਜਦੋਂ ਉਹਦਾ ਕੀ ਪ੍ਰੋਸੀਜਰ ਹੈ, ਜਦੋਂ ਤੁਸੀਂ ਉਸ ਦੇਸ਼ ਦੇ ਵਿੱਚ ਐਂਟਰ ਕਰਨਾ ਪੁਰਤਗਾਲ ਦੇ ਵਿੱਚ, ਮੈਂ ਪਹਿਲੀ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ, ਤੁਹਾਡੇ ਕੋਲ ਜਿਹੜਾ ਮਾਧਿਅਮ ਆ ਮਤਲਬ ਬੱਸ ਆ, ਟ੍ਰੇਨ ਆ, ਬਾਈ ਏਅਰ ਆ, ਉਹਦੀ ਜਿਹੜੀ ਟਿਕਟ ਆ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਆ। ਆਉਣ ਦਾ ਮਾਧਿਅਮ ਹੋਣਾ ਚਾਹੀਦਾ ਵੀ ਅਸੀਂ ਇਸ ਦੇਸ਼ ਦੇ ਵਿੱਚ ਲੀਗਲੀ ਐਂਟਰ ਕੀਤੇ ਆ, ਸਾਡੇ ਕੋਲ ਇਸ ਦੇਸ਼ ਦਾ ਵੀਜ਼ਾ ਵਾ, ਕਿਉਂਕਿ ਉੱਥੇ ਸਟੈਂਪ ਮਿਲ ਜਾਂਦੀ ਹੈ ਜਦੋਂ ਤੁਸੀਂ ਕਿਸੇ ਵੀ ਯੂਰਪੀਅਨ ਕੰਟਰੀ ਦੇ ਵਿੱਚ, ਸ਼ੈਨਿੰਗਨ ਕੰਟਰੀ ਦੇ ਵਿੱਚ, ਉੱਥੋਂ ਤੁਹਾਨੂੰ ਅੰਦਰ ਅੰਦਰ ਉਸ ਸ਼ੈਨਿੰਗਨ ਦੇ ਵਿੱਚ ਘੁੰਮਣਾ ਪ੍ਰੋਬਲਮ ਨਹੀਂ ਕ੍ਰੀਏਟ ਹੁੰਦੀ, ਤੁਹਾਨੂੰ ਵੀਜ਼ੇ ਮਿਲਦੇ ਜਾਂਦੇ ਨੇ। ਮੋਰ ਹੁੰਦੀ ਹੈ ਕਿ ਸਟੈਂਪ ਹੁੰਦੀ ਹੈ, ਸਟੈਂਪ ਲਵਾਉਣੀ ਤੁਹਾਨੂੰ ਬਹੁਤ ਜ਼ਰੂਰੀ ਆ, ਉਹ ਲਵਾ ਕੇ 72 ਘੰਟਿਆਂ ਦੇ ਵਿੱਚ 24 ਤੋਂ 72 ਘੰਟਿਆਂ ਦੇ ਵਿੱਚ ਉਹ ਸੈਫ ਉਹਦੇ 'ਤੇ ਅਪਲਾਈ ਹੋ ਜਾਂਦਾ ਵਾ ਔਨਲਾਈਨ। ਅਤੇ ਤੁਸੀਂ ਆਪਦੇ ਜਿਹੜੇ ਪੇਪਰ ਆ ਉਹਨਾਂ ਨੂੰ ਉੱਧਰ, ਜਿਵੇਂ ਆਪਾਂ ਕਹਿੰਦੇ ਪੇਪਰ ਲੌਕ ਕਰਾਉਣਾ ਕਹਿੰਦੇ, ਵੈਸੇ ਤਾਂ ਉਹ ਅਪਲਾਈ ਕਰਨਾ ਵਾ, ਲੇਕਿਨ ਉੱਧਰ ਜਿਵੇਂ ਆਪਣੇ ਲੋਕ ਜਾ ਕੇ ਕੁਛ ਮਾੜੀ ਮੋਟੀ ਆਪਦੇ ਹਿਸਾਬ ਨਾਲ ਚੇਂਜਿੰਗ ਕਰ ਦਿੰਦੇ, ਉਹਦੇ 'ਚ ਉਹਨੂੰ ਪੇਪਰ ਲੌਕ ਕਰਾਉਣਾ ਕਹਿੰਦੇ ਵੀ ਲੌਕ ਕਰਨਾ। ਅਤੇ ਜੇ ਤੁਸੀਂ ਜਾ ਕੇ ਉੱਥੇ ਜੋਬ ਮਤਲਬ ਕਰਦੇ ਹੋ ਤਾਂ ਤੁਹਾਡੇ ਕੋਲ ਜੋਬ ਕ੍ਰਾਈਟੀਰੀਆ ਦੇ ਵਿੱਚ ਜਿਹੜਾ ਇੱਕ ਪੇਪਰ ਮਿਲਦਾ ਉਹਦਾ, ਉਹ ਤੁਹਾਡੇ ਕੋਲ ਹੋਣਾ ਚਾਹੀਦਾ। ਇੱਕ ਉੱਥੇ ਜਿਵੇਂ ਆਪਾਂ ਇੱਥੇ ਆਪਣੀ ਰਿਟਰਨ ਪੇ ਕਰ ਦਿੰਦੇ ਹਾਂ, ਉਵੇਂ ਉੱਥੇ ਫਾਈਨੈਂਸ਼ੀਅਲੀ ਨੰਬਰਸ ਆ ਜਾਂਦਾ ਤੁਹਾਡੇ ਕੋਲ, ਇੱਕ ਉਹ ਉੱਥੇ ਰਿਟਰਨ ਪੇ ਕਰਨੀ ਪੈਂਦੀ ਆ। ਅਤੇ ਉਹ ਜਦੋਂ ਤੁਸੀਂ ਪੇਪਰ ਲੌਕ ਕਰਾਉਂਦੇ ਹੋ ਉਹਦੇ ਨਾਲ ਤੁਹਾਨੂੰ ਚਾਹੀਦੇ ਉਹਦੇ ਵਿੱਚ ਦੇ ਦਿੰਦੇ ਹੋ, ਫਿਰ ਤੁਹਾਨੂੰ ਥੋੜ੍ਹੇ ਟਾਈਮ ਬਾਅਦ ਇੱਕ ਮੇਲ ਆਉਂਦੀ ਆ।
ਮੇਲ ਆਉਣ ਤੋਂ ਬਾਅਦ ਤੁਹਾਡੇ ਕੋਲ ਫਿੰਗਰਸ ਅਤੇ ਫਿੰਗਰ ਪ੍ਰਿੰਟ ਲਈ ਟਾਈਮ ਤੁਹਾਨੂੰ ਮਿਲ ਜਾਂਦਾ। ਅੱਗੇ ਹੁੰਦਾ ਸੀਗਾ ਵੀ ਕਈ ਵਾਰ ਡੇਢ ਡੇਢ ਸਾਲ ਦੋ ਦੋ ਸਾਲ ਲੱਗ ਜਾਂਦੇ ਸੀਗੇ ਨਾ, ਮਿਲਦੀਆਂ ਨਹੀਂ ਸੀਗੀਆਂ, ਪਰ ਹੁਣ ਬਹੁਤ ਜ਼ਿਆਦਾ ਸੌਖਾ ਹੋਇਆ। ਜਿਹੜਾ ਆਪਣਾ ਪਿਛਲਾ ਲੋਕਡਾਊਨ ਲੰਘ ਕੇ ਗਿਆ ਜਦੋਂ ਇਹ ਓਪਨ ਹੋਇਆ, ਕਈ ਲੋਕਾਂ ਨੂੰ ਉੱਥੇ 15-15, 20-20 ਦਿਨ ਬਾਅਦ, ਜਿਵੇਂ ਅੱਜ ਪੇਪਰ ਲਾਏ ਨੇ, ਲੋਕ ਕੀਤੇ ਨੇ, ਅਤੇ ਉੱਧਰੋਂ ਥੋੜ੍ਹੇ ਦਿਨਾਂ ਬਾਅਦ ਹੀ ਉਹਨਾਂ ਨੂੰ ਟਾਈਮ ਵੀ ਆ ਗਿਆ। ਅਤੇ ਮੇਰਾ ਸਾਡਾ ਇੱਕ ਆਪ ਦਾ ਬਹੁਤ ਨੋਨ, ਬਹੁਤ ਹੀ ਜ਼ਿਆਦਾ ਨੋਨ ਆ ਬ੍ਰਦਰ ਮੇਰਾ ਉੱਥੇ ਪੁਰਤਗਾਲ ਦੇ ਵਿੱਚ ਪੱਕਾ ਹੋਇਆ, ਮਤਲਬ ਅਤੇ ਬੜੀ ਈਜ਼ੀ, ਬੜੇ ਸੌਖੇ ਤਰੀਕੇ ਨਾਲ, ਬੜਾ ਵਧੀਆ ਤਰੀਕੇ ਦੇ ਨਾਲ ਉਹ, ਮਤਲਬ ਥੋੜ੍ਹੇ ਚਿਰ ਦੇ ਵਿੱਚ ਵਿੱਚ 2-3 ਮਹੀਨੇ ਦੇ ਵਿੱਚ ਵਿੱਚ ਹੀ ਪੱਕਾ ਹੋ ਗਿਆ। ਉਹ 2 ਸਾਲ ਦਾ ਉਹਨੂੰ TRC ਕਾਰਡ ਮਿਲ ਗਿਆ, ਅਤੇ ਉਹ ਕਾਫੀ ਚਿਰ ਦਾ ਅਨਲੀਗਲ ਰਹਿ ਰਿਹਾ ਸੀਗਾ। ਹੁਣ ਉਹ ਵਾਪਸ ਆ ਕੇ, ਥੋੜ੍ਹੀ ਏਜ ਵੀ ਹੋ ਚੱਲੀ ਸੀ, ਅਤੇ ਮੁੰਡਾ ਉਹ ਆਪਦਾ ਵਿਆਹ ਕਰਾ ਕੇ ਗਿਆ ਵਾ ਵਾਪਸ। ਇਹ ਸਾਰਿਆਂ ਲਈ ਓਪਰਚੁਨਿਟੀ ਆ, ਇਕੱਲੇ ਉਹਦੇ ਵਾਸਤੇ ਨਹੀਂ, ਸਾਰਿਆਂ ਵਾਸਤੇ ਆ ਓਪਰਚੁਨਿਟੀ। ਉਹ ਤੁਹਾਡੇ ਕੋਈ ਚੀਜ਼ਾਂ, ਫਿਰ ਜੋ ਤੁਸੀਂ ਫਿੰਗਰ ਦੇ ਦਿੰਦੇ, ਫਿਰ ਤੁਹਾਨੂੰ 2 ਸਾਲ ਦੀ TRC ਮਿਲ ਜਾਂਦੀ ਆ। ਫਿਰ ਤੁਸੀਂ ਜਦੋਂ ਇੱਕ ਵਾਰੀ ਇਸ ਚੀਜ਼ ਦੇ ਪਟੇ 'ਤੇ ਚੜ੍ਹ ਜਾਂਦੇ ਹੋ, ਇਸ ਚੀਜ਼ ਦੇ ਲਾਈਨ 'ਤੇ, ਟਰੈਕ 'ਤੇ ਚੜ੍ਹ ਜਾਂਦੇ, ਫਿਰ ਤੁਹਾਨੂੰ ਹੌਲੀ ਹੌਲੀ ਸਾਰਾ ਕੁਝ ਸਮਝ ਆਉਂਦਾ ਜਾਂਦਾ। ਅਤੇ ਬਾਹਲਾ ਖਰਚਾ ਨਹੀਂ ਹੈਗਾ ਮੇਰੇ ਵੀਰੋ, ਤਕਰੀਬਨ 500 ਰੁਪਈਏ ਤੋਂ ਲੈ ਕੇ 700 ਯੂਰੋ ਤੱਕ ਦਾ ਖਰਚਾ ਵਾ। 20-25 ਹਜ਼ਾਰ ਰੁਪਈਏ ਦੇ ਵਿੱਚ ਇੱਥੋਂ ਤੁਸੀਂ ਜਾ ਸਕਦੇ ਹੋ ਯੂਰਪ, ਯੂਰਪ ਦੇ ਵਿੱਚ ਜਾ ਕੇ ਤੁਸੀਂ ਪੁਰਤਗਾਲ ਦੇ ਵਿੱਚ ਜਾ ਕੇ, ਸਮਝ ਲਓ 500 ਤੋਂ ਲੈ ਕੇ 700 ਯੂਰੋ ਦੇ ਵਿੱਚ ਵਿੱਚ ਤੁਸੀਂ ਪੱਕੇ ਹੋ ਸਕਦੇ ਹੋ। ਗੋਲਡਨ ਓਪਰਚੁਨਿਟੀ ਆ, ਬੜਾ ਜ਼ਿਆਦਾ ਸਕਸੈਸ ਰੇਟ ਵਧਿਆ ਹੋਇਆ ਵਾ ਵੀਜ਼ਿਆਂ ਦਾ, ਕਾਫੀ ਸਾਰੀਆਂ ਵੈਸੀਆਂ ਸ਼ੈਨੇਗਨ ਦੀਆਂ ਓਪਨ ਹੋ ਗਈਆਂ ਨੇ, ਤੁਸੀਂ ਅਪਲਾਈ ਕਰ ਸਕਦੇ ਹੋ। ਇੰਡੀਆ ਥੋੜ੍ਹਾ ਮਤਲਬ ਰੈੱਡ ਜ਼ੋਨ ਦੇ ਵਿੱਚ ਹੈਗਾ ਵਾ, ਲੇਕਿਨ ਜੇ ਤੁਹਾਡੇ ਕੋਲ ਵੈਕਸੀਨੇਸ਼ਨ ਦਾ ਜਿਹੜਾ ਕਾਰਡ ਹੈ, ਜਦੋਂ 2 ਵੈਕਸੀਨੇਸ਼ਨ ਲੱਗ ਜਾਂਦੀ ਉਹਦਾ ਕਾਰਡ ਉਹ ਤੁਹਾਡੇ ਕੋਲ ਹੈਗਾ ਵਾ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਹੋਰ ਵੀ ਕਾਫੀ ਗਾਈਡਲਾਈਨਸ, ਥੋੜ੍ਹੀ ਥੋੜ੍ਹੀ ਛੋਟੀ ਛੋਟੀ ਚੇਂਜਿਸ ਮਤਲਬ ਕੀਤੀਆਂ ਨੇ। ਜਿਹੜੇ ਵੀ ਤੁਸੀਂ ਏਜੰਟ ਦੇ ਕੋਲੋਂ ਅਪਲਾਈ ਕਰਾਉਂਦੇ ਹੋ ਜਾਂ ਤੁਸੀਂ ਆਪ ਅਪਲਾਈ ਕਰਾਉਂਦੇ ਹੋ, ਉਹਨਾਂ ਗਾਈਡਲਾਈਨਸ ਨੂੰ ਬਹੁਤ ਹੀ ਬਰੀਕੀ ਦੇ ਨਾਲ ਪੜ੍ਹੋ। ਜਦੋਂ ਤੁਸੀਂ ਬਰੀਕੀ ਨਾਲ ਪੜ੍ਹਦੇ ਹੋ, ਤੁਹਾਨੂੰ ਅੱਧੇ ਡਾਊਟਸ ਕਲੀਅਰ ਹੋ ਜਾਂਦੇ ਨੇ। ਕਈ ਵਾਰ ਤੁਸੀਂ ਕੀ ਕਰਦੇ ਹੋ, ਸਾਰਾ ਕੁਝ ਏਜੰਟ 'ਤੇ ਸੁੱਟ ਦਿੰਦੇ ਹੋ, ਨਾ ਏਜੰਟ 'ਤੇ ਨਾ ਸੁੱਟੋ, ਆਪ ਸਟੱਡੀ ਕਰੋ, ਥੋੜ੍ਹਾ ਬਹੁਤ ਦੇਖੋ। ਇੱਕ ਮੈਂ ਅਗਲੀ ਵੀਡੀਓ ਬਣਾਊਂਗਾ, ਮਤਲਬ ਜਸਟਿਨ ਮੇ ਬੀ ਥੋੜ੍ਹੇ ਦਿਨਾਂ ਦੇ ਵਿੱਚ, ਸ਼ਾਇਦ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਹੀ, ਕਿਉਂਕਿ ਕਾਫੀ ਲੋਕ ਨਾ ਮੈਨੂੰ ਪਰਸਨਲੀ ਵੀ ਮੈਸੇਜ ਕਰਦੇ, ਸਾਨੂੰ ਦੱਸਿਓ ਵੀ ਉਹ ਕਿੱਦਾਂ ਵਾ, ਕਿਹੜੇ ਕਿਹੜੇ ਪੇਪਰ ਲੱਗਦੇ ਆ, ਕਿੱਦਾਂ ਜਾ ਸਕਦੇ ਆ। ਅਤੇ ਮੈਂ ਉਹ ਤੁਹਾਡੇ ਨਾਲ ਦੀ ਨਾਲ ਹੀ, ਜੇ ਤੁਸੀਂ ਕਿਸੇ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਸਬਸਕ੍ਰਾਈਬ ਕਰ ਦਿਓ। ਜੇ ਤੁਹਾਡਾ ਕੋਈ ਬੰਦਾ ਬਾਹਰ ਜਾਣਾ ਚਾਹੁੰਦਾ ਵਾ, ਤਾਂ ਉਹਨੂੰ ਇਹ ਵੀਡੀਓ ਦਾ ਲਿੰਕ ਜ਼ਰੂਰ ਭੇਜੋ, ਬੈੱਲ ਆਈਕਨ ਦਬਾ ਲਓ, ਤਾਂ ਕਿ ਤੁਸੀਂ ਕਿੱਦਾਂ ਬਾਹਰ ਜਾ ਸਕਦੇ ਹੋ, ਕਿੱਦਾਂ ਯੂਰਪ ਦਾ ਵੀਜ਼ਾ ਲਵਾ ਸਕਦੇ ਹੋ, ਉਹਦੀ ਵੀ ਆਪਾਂ ਮਤਲਬ ਗੱਲ ਕਰ ਸਕੀਏ। ਅਤੇ ਸਾਰੇ ਜਣੇ, ਜਿਹੜਾ ਕਰੋਨਾ ਦਾ ਟਾਈਮ ਚੱਲ ਰਿਹਾ ਵਾ, ਉਹਦੇ ਵਿੱਚ ਤਾਂ ਆਪਦਾ ਧਿਆਨ ਰੱਖੋ। ਅਤੇ ਅਸੀਂ ਕਿਸਾਨੀ ਅੰਦੋਲਨ ਨੂੰ ਮਤਲਬ ਬਿਲਕੁਲ ਠੋਕ ਕੇ ਸਪੋਰਟ ਕਰ ਰਹੇ ਹਾਂ, ਅਤੇ ਤੁਸੀਂ ਵੀ ਮੈਨੂੰ ਆਸ ਆ ਸਾਰੇ ਜਣੇ ਕਰੋਗੇ। ਅਤੇ ਜੇ ਅਸੀਂ ਅੱਕੇ ਹੋਏ ਸਰਕਾਰਾਂ ਤੋਂ ਤਾਈਆਂ ਬਾਹਰ ਜਾਣਾ ਚਾਹੁੰਦੇ ਹਾਂ, ਨਹੀਂ ਤਾਂ ਸਾਡਾ ਦੇਸ਼ ਕੋਈ ਮਾੜਾ ਦੇਸ਼ ਨਹੀਂ ਹੈਗਾ, ਬਹੁਤ ਚੰਗਾ, ਸੋਹਣਾ, ਸੁਨੱਖਾ, ਮਤਲਬ ਹਰ ਪਾਸਿਓ ਐਨ ਸੋਲਿਡ ਦੇਸ਼ ਆ ਸਾਡਾ। ਵੈਦਰ ਵਾਲੇ ਪਾਸੇ ਲਾ ਲਓ, ਹਰ ਚੀਜ਼ ਵੈਦਰ, ਲੇਕਿਨ ਥੋੜ੍ਹਾ ਜਿਹਾ ਜਿਹੜਾ ਸਾਡੇ ਤੋਂ ਕਮੀਆਂ ਨੇ, ਸਾਡੇ ਕੋਲ ਸਾਡੇ ਤੋਂ ਲੀਡਰ ਚੁਣਨ 'ਚ ਗਲਤੀਆਂ ਹੋਈਆਂ ਨੇ, ਉਹਦਾ ਨਤੀਜਾ ਭੁਗਤ ਰਿਹਾ, ਅਤੇ ਅਸੀਂ ਇੱਦਾਂ ਦੇ ਵੀਡੀਓ ਬਣਾ ਰਹੇ ਹਾਂ ਜਾਂ ਤੁਸੀਂ ਦੇਖ ਰਹੇ ਹੋ। ਚਲੋ, ਇਹ ਲੰਮਾ ਟੌਪਿਕ ਹੈ, ਇਹਦੇ 'ਤੇ ਨਹੀਂ ਜਾਵਾਂਗੇ, ਅਤੇ ਮੈਂ ਦੂਜੀ ਵੀਡੀਓ ਪੁਰਤਗਾਲ ਦੀ ਬਣਾਊਂਗਾ। ਅਤੇ ਸਾਰੇ ਮੇਰੇ ਵੀਰ ਜਿਹੜੇ ਨੇ, ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ, ਉਹ ਕਰ ਲੈਣ, ਬੈੱਲ ਆਈਕਨ ਦਬਾਉਣ, ਵੀਡੀਓ ਪੂਰੀ ਦੇਖਿਆ ਕਰੋ, ਤਾਂ ਕਿ ਸਾਨੂੰ ਵੀ ਹੌਸਲਾ ਮਿਲੇ ਅਗਲੀ ਵੀਡੀਓ ਬਣਾਉਣ ਵਾਸਤੇ। ਅਤੇ ਜਸਟ ਫਿਊ ਟਾਈਮ ਦੇ ਵਿੱਚ ਵਿੱਚ ਹੀ ਮੈਂ ਤੁਹਾਡੀ ਦੂਜੀ ਵੀਡੀਓ ਅਪਲੋਡ ਕਰੂੰਗਾ, ਜੇ ਤੁਸੀਂ ਕਿੱਦਾਂ ਜਾ ਸਕਦੇ ਹੋ। ਸਾਰੇ ਪੇਪਰ 20-25 ਹਜ਼ਾਰ ਰੁਪਏ ਜ਼ਿਆਦਾ ਕਹਿ ਰਿਹਾ, ਵੈਸੇ ਤੂੰ ਘੱਟ ਦੇ ਖਰਚੇ 'ਚ ਬਣਾਵਾਂਗੇ ਵੀਡੀਓ, ਵੀ ਕਿੱਦਾਂ ਕਰ ਸਕਦੇ ਹੋ। ਤੋ ਥੈਂਕ ਯੂ ਸੋ ਮੱਚ ਫੋਰ ਵਾਚਿੰਗ, ਧੰਨਵਾਦ।